दोस्तों, अगर हमारी वीडियो अच्छी लगे तो सब्सक्राइब ज़रूर करें। ਉਹ ਬੰਦੇ ਦਾ ਕਾਰਾ ਆਇਆ ਖਲੋਤਾ ਹੈ, ਉਹਨੂੰ ਪੈਸੇ ਦੇਣੇ ਆਣ। ਤੇ ਯਾਰ ਰੌਲਾ ਹੀ ਕੋਈ ਨਹੀਂ, ਉਹਨੂੰ ਕਿਹੜਾ ਪਤਾ ਵੀ ਆਪਣੇ ਕੋਲ ਕੋਈ ਪੈਸੇ ਹੈਣ ਤੇ ਕੋਈ ਨਾ ਹੈ। ਅੱਛਾ, ਹੁਣ ਮੁੜ ਉਹਨੂੰ ਜੇ ਉਹ ਆ ਗਿਆ ਤੇ ਉਹ ਆਂਦੇ ਸਨ ਆਉਣੇ ਨੇ ਆਉਣਾ ਤੁਹਾਡੇ ਕੋਲ। ਉਹ ਯਾਰ ਆ ਗਿਆ ਤੇ ਫਿਰ ਕੀ ਹੈ, ਤੇ ਆਪਾਂ ਕੱਲ ਪੈਸੇ ਆਂਦੇ ਨਹੀਂ। ਤੂੰ ਤਾਂ ਚੁੱਪ ਕਰ, ਕਿਹੜੇ ਪੈਸੇ? ਅਸੀਂ ਹੋਰ ਗੱਲ ਕਰਨੇ ਤੇ ਇਹ ਵਿੱਚ ਹੋਰ ਡੰਡੀ ਡੋਲਾ ਲੈ, ਹੋਰ ਡੰਡੀ ਡੁੰਦਾ। ਆਪਾਂ ਕੱਲ ਪੈਸੇ ਉੱਥੇ ਰੱਖੇ ਨੇ ਉਹਨਾਂ ਲਈ। ਓ ਯਾਰ ਤੂੰ ਚੁੱਪ ਕਰ ਯਾਰ, ਯਾਰ ਕੋ ਪੱਠੇ ਹੀ ਪਾ ਲਵੋ। ਆ ਤਾਂ ਕੋਈ ਨਹੀਂ ਉੱਠੀ, ਤੂੰ ਹੀ ਉੱਠ ਪੋ। ਡੰਗਰਾਂ ਨੂੰ ਪੱਠੇ ਪਾ ਲਓ। ਖੋਲ ਲੈਣਾ ਦੋਵੇਂ ਬੰਦੇ ਲੱਗਦੇ ਨੇ ਪੱਠੇ ਪਾਓ, ਮੈਂ ਆਉਂਦੇ ਪੈਸੇ ਜਿਹੜੇ ਪੈਸੇ ਵਾਲੇ ਤਾਂ ਨਹੀਂ ਲੱਗੇ ਹੁੰਦੇ। ਉਹ ਦੋ ਬੰਦੇ ਲੱਗਦੇ ਨੇ ਹੁੰਦੇ ਪੈਣੇ, ਉਹ ਨਾ ਦੂਰ ਤੇਰੇ ਡਿੱਗਦੇ ਪੈਸੇ ਵਾਲੇ ਨਹੀਂ ਲੱਗਦੇ। ਉਹ ਆ ਗਿਆ ਨੀ ਪੈਸੇ ਵਾਲੇ ਜਾ, ਉਹ ਸਾਨੂੰ ਫੜਾਉਣੇ ਈ ਤੇ ਕਿਤੇ ਗਏ ਪੈਸੇ ਕਿਤੇ ਲੈ ਕੇ ਪੈਸੇ ਆਉਂਦੇ ਨੇ। ਆਵੇ ਹਲਾ ਹਲਾ, ਇਹਦਾ ਮੈਂ ਕੋਈ ਹਿਸਾਬ ਲਾ ਲੈਂਦਾ। ਮੈਂ ਉਹਨਾਂ ਪੈ ਡੋਰਾ ਸਾਨੂੰ ਫੜਾਉਣਾ ਹੀ ਹੈ, ਇਹਨੇ ਇਹਨੂੰ ਸਮਝਾ ਲਿਆ ਜਿਵੇਂ ਜਾਣਾ ਸਾਨੂੰ ਫੜਾ ਵੀ ਨਾ ਆਵੇ। ਉਹ ਜਿਹੜੇ ਪੈਸੇ ਆਉਂਦੇ ਨਾ ਵੰਡਾ ਲਿਆਏ ਤੇ ਨਾ ਉਹਨਾਂ ਦੇਂਦੇ, ਤੁਸੀਂ ਕਰਦੇ ਕੀ ਜੇ? ਉਹਨੂੰ ਨਹੀਂ ਦੱਸਣਾ, ਆਪਾਂ ਲਿਆਉਣਾ ਆਪਣਾ ਸਮਾਨ ਹੀ, ਉਹਨਾਂ ਨੂੰ ਬਾਅਦ ਦੇ ਲਓ। ਕਿਤੇ ਗਏ? ਉਹਨਾਂ ਨਹੀਂ ਵਿਖਾਉਣਾ, ਨਾ ਉਹਨਾਂ ਨੂੰ ਦੱਸਣਾ। ਹਲਾ ਹਲਾ, ਉਹਨਾਂ ਨਹੀਂ ਦੱਸਣਾ ਵੀ ਅਸੀਂ ਸਾਡੇ ਕੋਲ ਪੈਸੇ ਹੈਗੇ ਨੇ। ਹਲਾ ਹਾਂ ਜੀ, ਆ ਸਾਹਮਣੇ ਜਿਹੜੀ ਪੈਸੇ ਲੈ ਕੇ ਜਾਣਾ। ਅੱਛਾ ਚਲੋ, ਫਿਰ ਆ ਗਿਆ, ਪਹੁੰਚ ਗਿਆ। ਅੱਲਾ ਕੀਤਾ ਹੈ, ਆ ਗਿਆ ਵੇਲੇ ਉਹਨਾਂ। ਉਹ ਬੰਦੇ ਲੱਗਦਾ ਆ ਗਿਆ ਨਹੀਂ, ਤੈਨੂੰ ਆਂਦਾ ਇਹਨਾਂ ਨੂੰ ਚੁੱਪ ਕਰਾ। ਸੈਨੂੰ ਓਏ ਬੋਲਣਾ ਨਹੀਂ, ਤੂੰ ਹਲਾ ਯਾਰ ਦੱਸਾਂਗਾ ਕੱਲ੍ਹ ਆਇਆ ਕਿਹੜਾ, ਤੈਨੂੰ ਮੈਂ ਆਉਣਾ ਨਾ, ਤੂੰ ਸਿਰਫ ਕਰਨਾ ਬਸ। ਹਲਾ ਹਲਾ, ਤੂੰ ਬੋਲਣਾ ਨਹੀਂ ਵਿੱਚ, ਮੈਂ ਉਹਨਾਂ ਨੂੰ ਦੱਸਾਂਗਾ। ਚੱਲ ਠੀਕ, ਚੁੱਪ। ਅੱਜ ਪੈਸੇ ਲੈ ਕੇ ਜਾਣਾ, ਲੈ ਕੇ ਜਾਵਾਂ। ਅੱਜ ਸਾਰੇ ਬੈਠੇ ਹੋਏ, ਤੂੰ ਚੁੱਪ ਕਰ ਬੈਠੇ ਨੇ। ਭਾਈ ਜਾਨ, ਕੀ ਹਾਲ ਚਾਲ ਨੇ ਜੀ? ਠੀਕ ਹੋ? ਹੋ ਸੁਣਾਓ, ਠੀਕ ਠਾਕ ਹੋ? ਠੀਕ ਹੈ, ਤੁਸੀਂ ਸੁਣਾਓ? ਆਓ ਬਿਆਓ ਮੰਜੀ ਡਾ, ਮੰਜੀ ਡਾ, ਓਏ ਤਾਂ ਮੰਜੀ ਡਾ ਉਹ ਬੋਲਿਆ। ਪੁਰਾਣੇ ਇੱਥੇ ਹੋ ਉਹ ਕਸ਼ਕ ਪੀਂਦੇ ਹੋ? ਨਹੀਂ, ਹੋਰ ਤੁਸੀਂ ਸੁਣਾਓ, ਠੀਕ ਠਾਕ ਹੋ? ਠੀਕ ਠਾਕ, ਤੁਸੀਂ ਸੁਣਾਓ? ਠੀਕ ਲੋ ਭਾਈ ਜਾਨ, ਕਾ ਪੀਓ? ਯਾਰ ਯਾਰ, ਚਾਹ ਪਾਣੀ ਦਾ ਬੰਦਾ ਬਾਤ ਕਰੋ। ਨਹੀਂ ਨਹੀਂ ਅਸੀਂ ਖਾ ਪੀ ਕੇ ਆਏ ਚੋਈ ਸਾਹਿਬ। ਆਏ ਜੇ, ਆਏ ਸਾਡੇ ਡੇਰੇ ਦੀ ਕਿਵੇਂ ਯਾਦ ਆ ਗਏ ਤੁਹਾਨੂੰ? ਓ ਯਾਰ, ਉਹ ਪੈਸੇ ਚ ਦੇਵੋ ਮੱਝ ਦੇ, ਥੋੜੇ ਜਿਹੇ ਰਹਿੰਦੇ ਹਨ ਵੀ ਗੁਜ਼ਾਰ। ਕਿਹੜੇ ਪੈਸੇ? ਮੈਨੂੰ ਤਾਂ ਕੋਈ ਯਾਦ ਨਹੀਂ ਪੈਸਿਆਂ ਦਾ, ਮੈਂ ਬੇਲੀਆਂ ਨੂੰ ਪੁੱਛਣਾ ਵਾਂ, ਜੇ ਹੋਏ ਤਾਂ ਵੀਰਾ ਦੇਵਾਂਗੇ ਜ਼ਰੂਰ। ਕਿਹੜੇ ਪੈਸੇ ਕਹਿੰਦੇ ਪੈ ਨੇ? ਇਹ ਤਾਂ ਭੁੱਲੀ ਬੈਠੇ ਨੇ ਪੈਸੇ, ਤੂੰ ਉਹਨਾਂ ਲੈ ਕੇ ਜਾਣੇ ਨੇ ਪੈਸੇ ਅੱਜ। ਮੈਂ ਤਾਂ ਤੈਨੂੰ ਆਖਿਆ ਸੀ ਇਹਨਾਂ ਕਾਹ ਨਹੀਂ ਕੱਲ੍ਹ ਨੂੰ ਦੇਣੇ, ਤੂੰ ਆਪ ਹੀ ਆਖਿਆ ਨਹੀਂ ਮੈਂ ਲੈ ਲੈ ਸਾਂ। ਨਹੀਂ ਲਵਾਂਗੇ, ਲੈਣੇ ਕਿਉਂ? ਯਾਦ ਆ ਜਾਂਦੇ ਨੇ, ਕਰਾ ਲੈਣੇ ਯਾਦ, ਪੈਸੇ ਮੱਝ ਦਿੱਤੀ ਹੈ। ਅਏ ਹੁਣ ਕੀ ਕਰੀਏ, ਇਹ ਆਏ ਬੈਠੇ ਨੇ। ਉਹ ਤਾਂ ਯਾਰ ਮੋਟੀ ਹੈ, ਆਏ ਬੈਠੇ ਨੇ ਤਾਂ ਕੋਈ ਚਾਹ ਪਾਣੀ ਉਹਨਾਂ ਨੂੰ ਪਿਆਓ।
ਮੂੰਗ ਵਾਲੀ ਖਾਣ ਵਾਸਤੇ ਕੋਈ ਸ਼ੈ ਲੈ ਆ ਰੋਟੀਆਂ ਉਹ ਨਹੀਂ ਕੋਈ ਹੋਰ ਸ਼ੈ ਲੈ ਕੇ ਆ ਤੈਨੇ ਲੱਗਣ ਵਾਸਤੇ ਵਿਹਲੀ ਆਏ ਨਾ ਕੋਈ ਚੱਟ ਸਰਦੀ ਦੇ ਵਿੱਚ ਮੂੰਗਫਲੀ ਨੀ ਖਾਈ ਦੀ ਤੋੜ ਕੇ ਮੂੰਗਫਲੀ ਉਹ ਲੈ ਆ ਭੱਜ ਕੇ ਭਾਈ ਮੂੰਗਫਲੀ ਸਮਝ ਨੀ ਲੱਗਦੀ ਇਹਨੂੰ ਹੋਰ ਭਰਾਓ ਠੀਕ ਹੋ ਠੀਕ ਠਾਕ ਯਾਰ ਹੋ ਕੇ ਸਿੱਧਾ ਹੋ ਕੇ ਬਹਿ ਜਾ ਉਹ ਪੈਸੇ ਦਿਓ ਸਾਡੇ ਪੈਸੇ ਅਸੀਂ ਖਾਣਾ ਪੀਣਾ ਕੁਛ ਨਹੀਂ ਪੈਸੇ ਦਵੋ ਯਾਰ ਸਕੂਨ ਨਾਲ ਵਗ ਜਾਓ ਹੁਣ ਸਾਡੇ ਕੋਲ ਪੈਸੇ ਕਾਹੀ ਨਹੀਂ ਅਸੀਂ ਖਾ ਲਈਏ ਤੇ ਹੁਣ ਪੈਸੇ ਵੀ ਸਾਨੂੰ ਦੋ ਅਸੀਂ ਪੈਸੇ ਲੈ ਕੇ ਜਾਣੇ ਨੇ ਇਹਨੂੰ ਸਮਝਾ ਚਿੱਟਿਆ ਡੰਗਰਾਂ ਨੂੰ ਚੋਣ ਵਾਸਤੇ ਵੰਡਾ ਲਿਆਉਣਾ ਡੰਗਰਾਂ ਜੋਗਾ ਵੰਡਾ ਲਿਆਉਣਾ ਉਹਨਾਂ ਚੋਣੀਆਂ ਨੀ ਖਾਣਗੀਆਂ ਤੇ ਦੁੱਧ ਦੇਣਗੇ ਨਾ ਵੱਡੇ ਵੱਡੇ ਗੜਵੇ ਚਲੀਏ ਹਾਂਜੀ ਨਹੀਂ ਨਹੀਂ ਜਾਣਾ ਨੀ ਹੁਣੇ ਜਾ ਕੇ ਲਿਆਉਂਦੇ ਹਾਂ ਪੈਸੇ ਰੱਖੇ ਕਿਤੇ ਜੇ ਮੈਨੂੰ ਬਹੁਤ ਪੈਸੇ ਵੀ ਰੱਖੇ ਨੇ ਪੈਸੇ ਦੱਸ ਅਜੇ ਦੋਸਤੋ ਅਗਰ ਹਮਾਰੀ ਵੀਡੀਓ ਅੱਛੀ ਲਗੇ ਤੋ ਸਬਸਕ੍ਰਾਈਬ ਜ਼ਰੂਰ ਕਰੇਂ।